ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਅੱਜ ਅਸੀਂ ਪਹੁੰਚੇ ਹਾਂ ਜੀਰਕਪੁਰ ਗੁਰਦੁਆਰਾ ਸਿੰਘ ਸਭਾ ਦੇ ਵਿੱਚ। ਅਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਨੇ ਪਿੱਛੇ ਉਹ ਛੋਟੇ ਤੋਂ ਲੈ ਕੇ ਵੱਡੇ ਤੱਕ ਸੇਵਾ ਕਰ ਰਹੇ ਨੇ, ਛਬੀਲ ਦੀ ਸੇਵਾ ਕਰ ਰਹੇ ਨੇ। ਇੱਥੋਂ ਤੱਕ ਕਿ ਇੱਥੇ ਮੁਫਤ ਡੈਂਟਲ ਦੰਦਾਂ ਦੇ ਮੁਫਤ ਇਲਾਜ ਦੇ ਲਈ ਵੀ ਸੇਵਾ ਜਿਹੜੀ ਆਪਣੇ ਲੋਕ ਨੇ ਉਹ ਨਿਭਾ ਰਹੇ ਨੇ। ਆਓ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ, ਇਹਨਾਂ ਦੀ ਸ਼ਰਧਾ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਆਓ ਅੱਜ ਤੁਸੀਂ ਇੰਨੇ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਦੰਦਾਂ ਦਾ ਮੁਫਤ ਕੈਂਪ ਲਾਇਆ, ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ, ਕਿ ਆਪਣੇ ਆਪਾਂ ਹਰ ਰੋਜ਼ ਹਰ ਵੇਲੇ ਕਹਿੰਦੇ ਕਿ ਇਹ ਲਾਉਣ ਦਾ ਸੋਚਿਆ ਹੈਗਾ ਕਿ ਹਰ ਗੁਰਪੁਰਬ 'ਤੇ ਕੋਈ ਵੀ ਤਿਉਹਾਰ ਹੋਵੇ, ਸ਼ਹੀਦੀ ਦਿਹਾੜਾ ਹੋਵੇ, ਗੁਰਪੁਰਬ ਹੋਵੇ, ਕਿ ਡੈਂਟ ਸੈਂਟਰਲ ਆਪਣਾ ਕਹਿੰਦੇ ਕਿ ਇਹ ਹਮੇਸ਼ਾ ਲਾਉਂਦਾ ਰਹੂਗਾ, ਸੇਵਾ ਕਰਦਾ ਰਹੂਗਾ ਲੋਕਾਂ ਦੀ, ਦੰਦਾਂ ਦੇ ਕਹਿੰਦੇ ਕਿ ਉਹ ਸੇਵਾ 'ਚ। ਅਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਹਰ ਇੱਕ ਨੌਜਵਾਨ, ਹਰ ਇੱਕ ਜਿਹੜੀ ਸੰਗਤ ਹੈ ਉਹ ਸੇਵਾ ਕਰਦੀ ਨਜ਼ਰ ਆ ਰਹੀ ਹੈ। ਅਤੇ ਤੁਸੀਂ ਦੇਖ ਸਕਦੇ ਹੋ ਛੋਟੇ ਤੋਂ ਲੈ ਕੇ ਵੱਡੇ ਤੱਕ ਅੱਜ ਇਸ ਪਵਿੱਤਰ ਦਿਹਾੜੇ ਦੇ ਮੌਕੇ 'ਤੇ ਸੇਵਾ ਕਰਦਾ ਨਜ਼ਰ ਆ ਰਿਹਾ ਹੈ। ਅਤੇ ਮੈਂ ਕੈਮਰਾਮੈਨ ਅਮਨ ਨੂੰ ਬੇਨਤੀ ਕਰਾਂਗਾ ਕਿ ਸਾਰਾ ਇੱਕ ਵਾਰ ਦ੍ਰਿਸ਼ ਹੈ ਉਹ ਕੈਮਰੇ ਦੇ ਵਿੱਚ ਆਪਣਾ ਪੰਜਾਬ ਮੀਡੀਆ ਦੇ ਰਾਹੀਂ ਦਿਖਾਇਆ ਜਾਵੇ। ਅਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਹੜ੍ਹ ਕਿੰਨਾ ਆਇਆ ਹੋਇਆ ਹੈ। ਅਤੇ ਸਾਡੀ ਇੱਥੇ ਮਾਵਾਂ ਨੇ, ਉਹ ਵੀ ਸੇਵਾ ਕਰਦੀਆਂ ਨਜ਼ਰ ਆ ਰਹੀਆਂ ਨੇ। ਸਾਡੇ ਵੀਰ ਨੇ, ਵੱਡੇ ਵੀਰ ਨੇ, ਛੋਟੇ ਵੀਰ ਨੇ, ਸਾਰੇ ਸੇਵਾ ਕਰਦੇ ਨਜ਼ਰ ਆ ਰਹੇ ਨੇ। ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀਆਂ ਮਾਵਾਂ ਬੈਠੀਆਂ ਨੇ, ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਅੱਜ ਦੇ ਮੌਕੇ 'ਤੇ ਤੁਸੀਂ ਇਸ ਪਵਿੱਤਰ ਮੌਕੇ 'ਤੇ ਕੀ ਕਹਿਣਾ ਚਾਹੋਗੇ? ਸੇਵਾ ਕਰ ਰਹੇ ਹਾਂ ਜੀ, ਬਹੁਤ ਵਧੀਆ ਜੀ ਲੱਗ ਰਿਹਾ ਜੀ ਸੇਵਾ ਕਰਦਿਆਂ ਦਾ ਜੀ। ਓਕੇ, ਹਾਂਜੀ। ਅਤੇ ਅੱਜ ਤੁਸੀਂ ਸਾਰੀਆਂ ਮਾਵਾਂ ਸਾਡੀਆਂ ਇਕੱਠੀਆਂ ਹੋ ਕੇ ਸੇਵਾ ਕਰ ਰਹੇ ਹੋ, ਤੁਹਾਨੂੰ ਕਿਸ ਤਰ੍ਹਾਂ ਦਾ ਅਹਿਸਾਸ? ਬਹੁਤ ਚੰਗਾ ਲੱਗ ਰਿਹਾ ਜੀ, ਬਹੁਤ ਖੁਸ਼ੀ ਹੋ ਰਹੀ ਹੈ ਜੀ ਅਸੀਂ ਸੇਵਾ ਕਰ ਰਹੇ। ਅਤੇ ਤੁਸੀਂ ਆਮ ਜਿਹੜੇ ਸਾਡੇ ਲੋਕ ਨੇ, ਸਾਡੇ ਜਿਹੜੇ ਛੋਟੇ ਬੱਚੇ ਵੀ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਮੌਕੇ 'ਤੇ? ਅਸੀਂ ਪੁੱਤਰ ਕਹਿ ਸਕਦੇ ਹਾਂ ਜੀ, ਪੁੱਤਰ ਨੇ ਜੀ, ਸੇਵਾ ਕਰਨੀ, ਸੇਵਾ ਬਹੁਤ ਕਰਨੀ ਚਾਹੀਦੀ ਹੈ, ਬਹੁਤ ਖੁਸ਼ੀ। ਹਾਂਜੀ, ਅਤੇ ਤੁਸੀਂ ਦੇਖ ਸਕਦੇ ਹੋ ਸਾਡੀ ਮਾਤਾਵਾਂ ਨੇ ਵੀ ਕਿਹਾ ਕਿ ਬੱਚਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਬੱਚਾ ਹਮੇਸ਼ਾ ਆਪਣੇ ਵੱਡਿਆਂ ਤੋਂ ਸਿੱਖਦਾ ਹੈ ਸੇਵਾ ਕਰਨੀ। ਸੰਗਤਾਂ ਜੀ, ਤੁਹਾਨੂੰ ਪਾਣੀ ਕਿਵੇਂ ਦਾ ਮਹਿਸੂਸ ਹੋ ਰਿਹਾ? ਠੀਕ ਹੈ, ਸ਼ਬੀਲ ਹੈ ਜੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਬੜੀ ਸੇਵਾ ਕਰ ਰਹੀ ਹੈ ਜੀਰਕਪੁਰ ਦੀ ਸੰਗਤ ਜੀ, ਬਹੁਤ ਵਧੀਆ ਲੱਗ ਰਿਹਾ ਜੀ। ਅਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਨੂੰ ਵੀ ਬਹੁਤ ਪਾਣੀ ਪੀ ਕੇ ਵਧੀਆ ਲੱਗ ਰਿਹਾ। ਤੁਸੀਂ ਦੇਖ ਸਕਦੇ ਹੋ ਧੁੱਪ ਕਿੰਨੀ ਹੋ ਰਹੀ ਹੈ, ਅਤੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਰੁਕੀ ਹੋਈ ਨੇ। ਸੰਗਤਾਂ ਜੀ, ਇੰਨੀ ਗਰਮੀ ਦੇ ਵਿੱਚ ਪਾਣੀ ਪੀ ਕੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ? ਭਾਈ ਸਾਹਿਬ, ਅੰਮ੍ਰਿਤ ਮਿਲ ਜਾਏਗਾ ਹੋਏ, ਇਹਦਾ ਬਾਬੇ ਨਾਨਕ ਦੀ ਬਹੁਤ ਮੇਹਰ ਹੈ ਸਾਡੇ ਇੱਥੇ। ਅਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰ ਕਰ ਰਹੇ ਨੇ ਲੋਕ, ਕੀ ਕਹਿਣਾ ਚਾਹੋਗੇ ਅੱਜ? ਭਾਜੀ, ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਬਹੁਤ ਪਿਆਰ ਦਿੱਤਾ ਹੈ। ਸਤਿ ਸ਼੍ਰੀ ਅਕਾਲ।